ਅਮਰਤਪਾਲ ਕਿੱਥੇ ਗਿਆ ਕਿੱਥੇ ਗਾਇਬ ਹੋ ਗਿਆ ਫੜਿਆ ਨਹੀਂ ਫੜਾਇਗਾ ਸਾਰੀ ਗੱਲ ਮੈਂ ਤੁਹਾਨੂੰ ਦੱਸਦਾਗਾ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹੀ ਜਾਣਾਗਾ ਸਾਰੇ ਜਾਣੀ ਹੁਣ ਜਿੰਨਾ ਵੀ ਸੋਸ਼ਲ ਮੀਡੀਆ ਸਭ ਤੇ ਇੱਕੋ ਗੱਲ ਚੱਲਦੀ ਆ ਬੇਕਸੂਰ ਆ ਉਹਦਾ ਕੋਈ ਕਸੂਰ ਨਹੀਂ ਅਮਰ ਸੰਚਾਰ ਕਰਾਉਂਦਾ ਸੀ ਨਸ਼ੇ ਛਡਵਾਉਂਦਾ ਸੀਗਾ ਆਪਾਂ ਐਗਰੀ ਆ ਫੁੱਲ ਐਗਰੀ ਆ ਕੋਈ ਗਲਤੀ ਨਹੀਂ ਸੀ ਕੋਈ ਕ੍ਰਾਈਮ ਨਹੀਂ ਕੀਤਾ ਕੁਛ ਵੀ ਨਹੀਂ ਕ੍ਰਾਈਮ ਸੀਗਾ ਪਰ ਭੱਜਣ ਦੀ ਕੀ ਲੋੜ ਸੀ ਉਹੀ ਗੱਲ बार-बार ਆਈ ਜਾਂਦੀ ਆ ਜੇ ਉਥੇ ਪਾਵੇਂ ਯਾਰ ਕੋਈ ਬੰਦਾ ਸਹੀ ਆ ਪੁਲਿਸ ਛੱਡ ਕੇ ਸਾਰੀ ਆਰਮੀ ਆ ਜੇ ਯਾਰ ਜਿੱਡਾ ਵੱਡਾ ਮਰਜੀ ਘੇਰਾ ਪਾ ਜੇ ਜਦੋਂ ਬੰਦਾ ਉਥੇ ਹਿੱਲੂਗਾ ਨਾ ਵੀ ਆ ਚੱਕੋ ਬੰਨੂ ਕਰੋ ਗ੍ਰਫਤਾਰੀ ਤੇ ਉਥੇ ਸਾਰੇ ਪੰਜਾਬ ਨੇ ਆ ਕੇ ਨਾਲ ਖੜਨਾ ਸੀਗਾ ਬਈ ਹਾਂ ਬਈ ਤੁਸੀਂ ਗਲਤ ਕੀਤਾ ਬੰਦੇ ਨੇ ਸਾਰੇ ਚੰਗੇ ਕੰਮ ਕੀਤੇ ਆ ਇਹਦੇ ਤੇ ਜਦੋਂ ਤੱਕ ਕੋਰਟ ਦੇ ਵਿੱਚ ਕ੍ਰਾਈਮ ਸਾਬਤ ਨਹੀਂ ਹੋ ਜਾਂਦਾ ਉਨੋ ਟਾਈਮ ਕੋਈ ਦੋਸ਼ੀ ਨਹੀਂ ਹੁੰਦਾਗਾ ਕੋਈ ਵੀ ਬੰਦਾ ਠੀਕ ਆ ਇਹ ਪਹਿਲਾ ਹੀ ਜਦੋਂ ਭੱਜਣ ਵਾਲਾ ਕੰਮ ਐਡਾ ਗਲਤ ਹੋਇਆਗਾ ਸਾਰੇ ਇੰਨੇ ਬੰਦੇ ਸੀ ਯਾਰ 200 150 ਜਾਣਾ ਸਾਰੇ ਐਡੋ ਐਡੀ ਖਿੰਡ ਗਏ ਜਿਵੇਂ ਉਹ ਬਹੁਤ ਵੱਡੇ ਮੁਜਰਮ ਹੁੰਦੇ ਆ ਉਥੇ ਖੜਦੇ ਮੈਂ ਕਹਿੰਦਾ ਪੰਜਾਬ ਦਾ ਕੀ ਪੰਜਾਬ ਦੇ ਬਾਹਰੋਂ ਜ਼ਮੀਨ ਤੋਂ ਸਾਰਿਆਂ ਨਹੀਂ ਆਉਣਾ ਸੀਗਾ ਐਡੀ ਵੱਡੀ سپورਟ ਹੋਣੀ ਸੀਗੀ ਨਾ ਐਡੇ ਵੱਡੇ ਲੈਵਲ ਦੇ ਕੰਮ ਤਾਂ ਜਾਣਾ ਸੀਗਾ ਪਰ ਨਹੀਂ ਭੱਜ ਕੇ ਯਾਰ ਮੈਨੂੰ ਸਮਝ ਨਹੀਂ ਆਈਏ ਅੱਜ ਅੱਜ ਤੱਕ ਗੱਲ ਦੀ ਵੀ ਭੱਜਣ ਦਾ ਕੀ ਕਾਰਨ ਹੋ ਗਿਆ ਬਹੁਤ ਲੋਕ ਤਰ੍ਹਾਂ ਮੈਂ ਬਗੇ ਵੀਡੀਓ ਬਹੁਤ ਤਰੱਕ ਦਿੰਦੇ ਆ ਐ ਹੋ ਗਏ ਜੀ ਐਨੀਆਂ ਗੱਡੀਆਂ ਆ ਗਈਆਂ ਜੀ ਐਡਾ ਘੇਰਾ ਪੈ ਗਿਆ ਸੀ ਐ ਹੋ ਗਿਆ ਜੀ ਬੰਦੂਖਾਂ ਆ ਗਈਆਂ ਯਾਰ ਕੁਛ ਵੀ ਹੋ ਜੇ ਨਾ ਭੱਜਣ ਦੇ ਵਿੱਚ ਕਿੱਡੀ ਵੱਡੀ ਸ਼ਾਂਸ਼ ਵੀ ਤੱਕੇ ਨਾ ਆ ਕੇ ਬਈ ਇੰਨਾ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਕਾਲ ਕਰਕੇ ਸੱਦ ਲੈਂਦੇ ਗ੍ਰਿਫਤਾਰੀ ਜੀ ਕਰਨੀ ਸੀ ਹੁਣ ਇਹ ਗੱਲ ਹੁੰਦੀ ਆ ਭਾਵੇਂ ਯਾਰ ਅਗਲੇ ਨੇ ਘੇਰਾ ਪਾ ਕੇ ਗ੍ਰਿਫਤਾਰੀ ਕੀਤੀ ਜਿਵੇਂ ਮਰ ਜੀਏ ਚਾਹੇ ਅਜਨਾਲੇ ਵਾਲੇ ਗੱਲ ਦੀ ਕੋਈ ਪੁੱਛਗਛ ਕਰਨੀ ਹੋਣੀ ਆ ਤਾਂ ਚੱਕਣ ਆਗੇ ਸਾਰਾ ਨੂੰ ਇਕੱਠੇ ਉਹਨਾਂ ਨੂੰ ਇਹ ਵੀ ਡਰ ਹੋਊਗਾ ਵੀ ਉਦੋਂ ਅਜਨਾਲੇ ਜੋ ਹੱਥ ਆਪਾਈ ਹੋਏ ਸੀ ਵੀ ਉਹੋ ਜਿਹਾ ਸੀਨ ਨਾ ਹੋਵੇ ਇਸ ਲਈ ਉਹਨਾਂ ਨੇ ਵੱਧ ਪਾਅ ਔਰ ਇਕੱਠੀ ਕਰਤੀ ਹਨਾ ਤੇ ਚਲ ਫਿਰ ਵੀ ਭੱਜਣ ਦਾ ਜਿਹੜਾ ਤੋਕ ਨਹੀਂ ਬੰਦਦਾ ਉੱਥੇ ਖੜ ਕੇ ਗ੍ਰਿਫਤਾਰੀਆਂ ਦਿੱਤੀਆਂ ਹੁੰਦੀਆਂ ਸਾਰਾ ਪੰਜਾਬ ਅੱਜ ਖੜਾ ਹੁੰਦਾ ਇੱਦਾਂ ਵਾਲਾ ਸੀ ਨੇ ਡਾ ਗਲਤ ਹੋਇਆ ਏਡਾ ਗਲਤ ਹੋਇਆ ਭਾਵੇਂ ਇਹ ਗੱਲ ਨੂੰ ਕੋਈ ਮੰਨੇ ਚਾਹੇ ਨਾ ਮੰਨੇ ਇਹ ਗੱਲ ਬਹੁਤ ਵੱਡੀ ਗਲਤੀ ਹੋਈ ਹੈ ਹਲੇ ਵੀ ਕੁਝ ਨਹੀਂ ਵਿਗੜਿਆ ਮੈਂ ਕਹਿੰਦਾ ਹਲੇ ਵੀ ਹਲੇ ਵੀ ਜਿੱਥੇ ਵੀ ਅਮਨਪਾਲ ਹੈਗਾ ਉੱਥੇ ਖੜ ਕੇ ਅਨਾਉਂਸ ਕਰ ਦੇਵੇ ਮੈਂ ਗ੍ਰਿਫਤਾਰੀ ਦੇਣ ਨੂੰ ਤਿਆਰ ਹਾਂ ਹਲੇ ਵੀ ਲੋਕ ਆ ਕੇ ਖੜਨੇਗੇ ਜ਼ਰੂਰ ਨਾਲ ਜਦੋਂ ਯਾਰ ਕੋਈ ਦੋਸ਼ੀ ਹੋਈ ਨਹੀਂ ਹੈ ਹੁਣ ਮੈਂ ਰਾਹ ਦੇ ਵਿੱਚ ਜਾਵਾਂ ਆਪਦੇ ਕੰਮ ਧੰਦੇ ਮੈਨੂੰ ਘੇਰਾ ਪਾ ਲੈਣ ਮੈਂ ਐਵੇਂ ਹੀ ਭੱਜ ਲੂੰ ਮੈਂ ਕਿਉਂ ਭੱਜੂੰਗਾ ਬਈ ਮੈਂ ਖੜੂਗਾ ਦੱਸੋ ਵੀ ਕੀ ਗੱਲ ਆ ਕਹਿਣਗੇ ਫੜਨਾ ਪਾਸੇ ਲੈ ਜਾਓ ਜਿੱਥੇ ਲੈ ਜਾਣਾ ਭੱਜਣ ਦੇ ਵਿੱਚ ਬੰਦਾ ਆਪੇ ਆਟੋਮੈਟਿਕੀ ਗਲਤ ਹੁੰਦਾ ਹੈਗਾ ਇਹ ਚੀਜ਼ ਨੇ ਬਹੁਤ ਜਾਨੀ ਕਿ ਕਹਿ ਦੋ ਨਾ ਜਿਹੜੀ ਵਿਰੋਧੀ ਲੋਕ ਨਖੇਦੀ ਕਰ ਰਹੇ ਆ ਸਿਰਫ ਇਹ ਭੱਜਣ ਦੀ ਵਜ੍ਹਾ ਨਾਲ ਕਰ ਰਹੇ ਆ ਕੀ ਯਾਰ ਇੰਨਾ ਬੰਦਾ ਕਾਮਨ ਸੈਂਸ ਨਹੀਂ ਰੱਖਦਾ ਵੀ ਭੱਜ ਕੇ ਕਿੱਡੀ ਵੱਡੀ ਬਦਨਾਮੀ ਹੋਊਗੀ ਮਗਰ ਉਹ ਕੀ ਕੀ ਲੋਕਾਂ ਨੇ ਨਹੀਂ ਬੋਲਣਾਗਾ ਚਲੋ ਉਹ ਗੱਲਾਂ ਬਾਅਦ ਦੀਆਂ ਫਿਲਹਾਲ ਆਪਾਂ ਇਹੀ ਕਹਿ ਸਕਦੇ ਹਾਂ ਵੀ ਜਿੱਥੇ ਵੀ ਹੋਣ ਪਾਈ ਸਾਹਿਬ ਜੀ ਸਹੀ ਸਲਾਮਤ ਹੋਣ ਕੋਈ ਨੂੰ ਤਕਲੀਫ ਨਾ ਹੋਵੇ ਬਹੁਤ سارے ਸੱਜਣ ਕਹਿ ਰਿਹਾ ਕਿ ਫੜਿਆ ਹੋ ਸਕਦਾ ਪਹਿਲੇ ਦਿਨ ਦਾ ਹੀ ਫੜਿਆ ਭੱਜਣ ਦੇ ਤਾ ਹੀ ਨਹੀਂ ਹੋਣਾਗਾ ਏਕੇ ਐਫ ਦੀਆਂ ਜਿਹੜੀਆਂ ਜੈਕਟਾਂ ਵਾਲੀ ਵੀਡੀਓ ਵਾਇਰਲ ਹੋਈ ਆ ਫਾਇਰਿੰਗ ਦੀ ਉਹਦਾ ਵੀ ਪਹਿਲਾਂ ਯਕੀਨ ਨਹੀਂ ਮੰਨਦੇ ਸੀ ਲੋਕ ਹੁਣ ਵੀਡੀਓ ਤੋਂ ਬਾਅਦ ਮੰਨਣ ਲੱਗੇ ਆ ਹੁਣ ਜਿੰਨੇ 20 25 ਤਰ੍ਹਾਂ ਦੇ ਸੀਸੀਟੀਵੀ ਫੋਟੋ ਰੇੜੇ ਤੇ ਬੈਗੇ ਜੀ ਉਥੇ ਘਰੇ ਤਿੰਨ ਦਿਨ ਰਹਿ ਬੇ ਗ੍ਰਾਂਥੀ ਦੇ ਘਰੇ ਕੱਪੜੇ ਬਦਲੇ ਹੈ ਪਟਿਆਲੇ ਜਾਵੜੇ ਹਰਿਆਣੇ ਜਾਵੜੇ ਕੋਈ ਕਹਿੰਦਾ ਸਨੌਲੀ ਉਥੇ ਨੇਪਾਲ ਦੀ ਬਾਰਡਰ ਤੇ ਦੇਖਿਆ ਕਿਤੇ ਕੋਈ ਕਿਤੇ ਹਨਾ ਤਾਂ ਇਹ ਸਭ ਦੌਰਾਨ ਕੋਈ ਵੀ ਸ਼ਖਸ ਕਿਤੇ ਵੀ ਜਿੰਨੇ ਜਾਣੇ ਫੜੇ ਕਿਸੇ ਨੂੰ ਵੀ ਕਾਲ ਜਾਂ ਮੈਸੇਜ ਜਾਂ ਕੁਝ ਵੀ ਜਿਸ ਤਰ੍ਹਾਂ ਦੀਪ ਸਿੱਧੂ 26 ਜਨਵਰੀ ਤੋਂ ਬਾਅਦ ਭਗੋੜਾ ਹੋਇਆ ਸੀ ਉਹਨੇ ਵੀਡੀਓ ਪਾ ਕੇ ਸਾਰਾ ਕੋ ਦੱਸਿਆ ਵੀ ਮੈਂ ਇੱਥੇ ਬੈਠਾਂਗਾ ਦੂਜੀ ਦਿਨੀ ਪਾਤੀ ਸੀ ਔਰ ਜਿਨ੍ਹਾਂ ਨੇ ਨਹੀਂ ਪਾਈ ਸੀ ਜਿਹੜੇ ਅੱਜ ਹਤਾਇਸੀ ਬਣੇ ਆ ਜਿਹੜੇ ਉਦੋਂ ਰੋਂਦੇ ਸੀਗੇ ਅੱਜ ਉਹ ਪੰਥਕ ਬਣੇ ਉਦੋਂ ਉਹ ਕਾਂਗਰੇਡ ਆਗੂਆਂ ਦੇ ਨਾਲ ਸੀਗੇ ਉਹ ਬੰਦੇ ਕੀ ਨਾਮ ਲੈਣਾ ਹੁਣ ਅਰ ਹੁਣ ਸਭ ਤੋਂ ਵੱਧ ਦਰਦਿਕੋਈ ਉਹ ਬੰਦਾ ਬਣਿਆ ਹੋਇਆਗਾ ਉਹਦੇ ਨਾਲ ਦੇ ਸਾਰੇ ਬੰਦੇ ਟੁੱਟ ਗਏ ਸਾਰੇ ਨਹੀਂ ਇੱਕ ਟੁੱਟ ਗਿਆ ਉਹਦੇ ਟੁੱਟਣ ਨਾਲ ਕੋਈ ਫਰਕ ਨਹੀਂ ਪੈਂਦਾ ਗਾ ਗੱਲ ਮੜ ਮੜ ਉਥਈ ਹੁੰਦੀ ਆ ਵੀ ਅਖਰ ਕਿਉਂ ਭੱਜੰਦੀ ਕੀ ਲੋੜ ਪੈ ਗਈ ਸੀ ਮਤਲਬ ਜੇ ਇਹ ਬੰਦੇ ਨੂੰ ਡਰ ਪੈ ਗਿਆ ਵੀ ਹੁਣ ਜੇ ਨਾ ਭੱਜੇ ਫੂਨਾ ਦੀ ਜਾਂਚ ਹੋ ਗਈ ਜੇ ਫੂਨਾ ਦੇ ਵਿੱਚ ਕੁਝ ਗਲਤ ਆ ਚੈਕਿੰਗ ਹੋਊਗੀ ਤਲਾਸ਼ੀ ਹੋਊਗੀ ਸਾਡੇ ਕੋਲ ਕੋਈ ਚੀਜ਼ਾਂ ਗਲਤ ਆ ਇਸ ਤਰ੍ਹਾਂ ਦੇ ਡਰ ਜਾਂ ਕੋਈ ਡਰ ਹੋਊ ਵੀ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਸਾਡੇ ਨਾਲ ਇਹੋ ਜਿਹੀਆਂ ਵੀ ਚੀਜ਼ਾਂ ਮੰਨਣਗੇ ਬਹੁਤ سارے ਕਾਰਨ ਹੋ ਸਕਦੇ ਆ ਭੱਜ ਜਾਂਦੇ ਪਰ ਜਿੱਥੇ ਬੰਦਾ 100% ਸਹੀ ਆ ਉਣੀ ਹਿਲਦਾ ਬਾਈ ਕੋਈ ਮਰਜ਼ੀ ਜ਼ੋਰ ਲਾ ਲਿਓ ਭੱਜਦਾ ਨਹੀਂਗਾ ਗੋਲੀ ਖਾਣ ਖਾਲੂਗਾ ਉਹ ਖੜਕੇ ਪਰ ਉਹਦੇ ਵਿੱਚ ਉਹ ਹੀਰੋ ਬਣੂਗਾ ਗੋਲੀ ਖਾ ਕੇ ਪੱਜਣ ਦੇ ਵਿੱਚ ਬੰਦੇ ਦੀ ਬਦਨਾਮੀ ਹੋ ਜਾਂਦੀ ਆ ਮੈਂ ਬਹੁਤ ਪਹਿਲੇ ਦਿਨ ਤੋਂ ਕਹੀ ਇਹਨਾ ਪੱਜੰਦਾ ਬਹੁਤ ਗਲਤ ਫੈਸਲਾ ਸੀ ਬਹੁਤ ਗਲਤ ਬੰਦਾ ਸੀ ਜਿਵੇਂ ਜ ਮਰਜੀ ਆ ਯਾਰ ਸਾਰਾ ਕੁਝ ਕਵਰ ਹੋ ਜਾਣਾ ਸੀਗਾ ਜੋ ਮਰਜੀ ਅੱਜ ਚੀਜ਼ਾਂ ਨਿਕਲ ਕੇ ਆਈ ਜਾਂਦੀਆਂ ਆਹ ਗਲਤੀ ਸੀ ਉਹ ਗਲਤੀ ਸੀ ਸਭ ਕਵਰ ਹੋ ਜਾਣੀਆਂ ਸੀ ਇੱਕ ਵਾਰੀ ਉੱਥੇ ਖੜ ਕੇ ਸਟੈਂਡ ਲਿਆ ਹੁੰਦਾ ਵੀ ਆ ਅਸੀਂ ਖੜੇ ਆ ਕਰੋ ਗ੍ਰਫਤਾਰੀ ਲੈ ਕੇ ਜਾਓ ਜਿੱਥੇ ਮਰਜੀ ਜਿੱਥੇ ਵੀ ਲੈ ਕੇ ਜਾਂਦੇ ਨਾ ਸਾਰੇ ਪੰਜਾਬ ਨਹੀਂ ਮਗਰ ਮਗਰ ਆਉਣਾ ਸੀ ਇਸ ਵੀਡੀਓ ਵਿੱਚ ਦੇਖੀ ਬੰਦਾ ਕਹੇ ਰਿਹਾ ਕਿ ਭੱਜਾ ਤਾਂ ਕਿ ਕਿਸੇ ਨੇ ਸੂ ਦੁੱਤੀ ਵਿੱਚੋਂ ਹੀ ਉਸ ਦੇ ਵਿੱਚੋਂ ਕਿ ਤੇਰਾ ਇਨਕਾਊਂਟਰ ਹੋਣਾ ਜਦੋਂ ਬੱਜਾ ਇਹ ਵੀ ਮੈਂ ਚੀਜ਼ ਨੂੰ ਨਹੀਂ ਮੰਨਦਾਗਾ ਇਨਕਾਊਂਟਰ ਹੋਣਾ ਵੀ ਨਹੀਂ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਜੇ ਹੁੰਦਾ ਵੀ ਤਾਂ ਕੀ ਹੁੰਦਾ ਉਹਨੂੰ ਲੋਕਾਂ ਦੇ ਦਿਲਾਂ ਚੋਂ ਮਟਾਇਆ ਜਾ ਸਕਦਾ ਸੀਗਾ ਕਦੇ ਵੀ ਨਹੀਂ ਭਗਤ ਸਿੰਘ ਨੂੰ ਪਤਾ ਸੀਗਾ ਬੰਬ ਸੈੱਟ ਕੀ ਉਹ ਵੀ ਭੱਜ ਸਕਦਾ ਸੀਗਾ ਜੇ ਉਹ ਨਹੀਂ ਭੱਜਿਆ ਨਾ ਖਬਰਾਂ ਲੱਗੀਆਂ ਸਾਰੇ ਦੇਸ਼ ਨੂੰ ਪਤਾ ਲੱਗਿਆ ਵੀ ਸ਼ਹੀਦੀ ਕਿਉਂ ਦੇਣ ਲੱਗਿਆ ਫਾਂਸੀ ਤੇ ਕਿਉਂ ਚੜਨ ਲੱਗਿਆਗਾ ਉਹ ਦੁੱਖ ਕਿਤੇ ਵੱਡਾ ਇੰਪੈਕਟ ਪੈਣਾ ਸੀਗਾ ਜਦੋਂ ਬੰਦੇ ਨੇ ਕਹਿ ਦਿੱਤਾ ਕਿ ਮੈਂ ਸਿਰ ਪੇਟ ਕਰ ਚੁੱਕਾ ਹਾਂ ਜਿੱਥੇ ਮਰਜੀ ਕੰਮ ਆ ਜਾਵੇ ਤਾਂ ਇਹ ਚੀਜ਼ ਇਹ ਸਟੈਪ ਭੱਜਣ ਵਾਲਾ ਬਹੁਤ ਰੋਂਗ ਬਹੁਤ ਜ਼ਿਆਦੇ ਰੋਂਗਾ ਕੋਈ ਵੀ ਇਨਕਾਊਂਟਰ ਕਰਨ ਆ ਵੀ ਜਾਂਦਾ ਯਾਰ ਕਰ ਵੀ ਦਿੰਦੇ ਫੇਰ ਕੀ ਹੁੰਦਾ ਉਹ ਸੋਚ ਤਾਂ ਨਹੀਂ ਖਤਮ ਹੋਣੀ ਸੀ ਨਾ ਉਹ ਹੋਰ ਵੱਡੇ ਲੈਵਲ ਤੇ ਜਿੱਥੇ ਹੁਣ ਮੰਨ ਲਓ 2 ਲੱਖ 4 ਲੱਖ ਬੰਦਾ ਸਮਰਥਕ ਸੀ ਨਾ ਜੇ ਕਿਤੇ ਇਹ ਇਨਕਾਊਂਟਰ ਵਾਲੇ ਕੋਈ ਗਲਤੀ ਕਰਦਾ ਤਾਂ ਪੂਰੇ ਪੰਜਾਬ ਨੇ ਕਰੋੜਾਂ ਦੇ ਹਿਸਾਬ ਨਾਲ ਸਮਰਥਕ ਖੜੇ ਹੋ ਜਾਣੇ ਸੀਗੇ ਸਿੱਧੇ ਤੌਰ ਤੇ ਸਾਰਾ ਨੇ ਗਲਤ ਪਹਿ ਜਾਣਾ ਸੀਗਾ ਇਨਕਾਊਂਟਰ ਵਾਲੇ ਨੇ ਮੌਜੂਦਾ ਸਰਕਾਰਾਂ ਨੇ ਪੂਰੀ ਦੁਨੀਆਂ ਹਿੱਲ ਜਾਣੀ ਸੀਗੀ ਪਰ ਸਮਝ ਨਹੀਂ ਆਈ ਪੱਜਨ ਵਾਲਾ ਕੋਈ ਵੀ ਬੰਦਾ ਜੇ ਲੌਜੀਕਲੀ ਇਹ ਚੀਜ਼ ਨੂੰ ਸਮਝਾ ਸਕਦਾ ਹੈ ਤੱਥਾਂ ਦੇ ਨਾਲ ਤਾਂ ਜਰੂਰ ਐਕਸਪਲੇਨ ਕਰਿਓ ਕਮੈਂਟਾਂ ਦੇ ਵਿੱਚ ਔਰ ਜਿਨ੍ਹਾਂ ਦੇ ਦਿਮਾਗ ਹੀ ਨਹੀਂ ਕੰਮ ਕਰਦੇ ਜਿਹੜੇ ਵਿਰੋਧੀਆਂ ਦੀ ਤਰ੍ਹਾਂ ਸੋਚਦੇ ਆ ਵੀ ਮੈਨੂੰ ਵਿਰੋਧੀ ਸਮਝਦੇ ਹੋਣ ਵੀ ਇਹ ਤਾਂ ਵਿਰੋਧੀ ਬੋਲਦਾਗਾ ਜਾਂ ਕੁਝ ਵੀ ਆ ਗਾਲਾਂ ਕੱਟਣ ਵਾਲੇ ਆ ਜਾਂਦੇ ਆ ਹਨਾ ਉਹ ਉਹਨਾਂ ਲੋਕਤਨ ਦਾ ਕੀ ਫਾਇਦਾਗਾ ਠੀਕ ਹੈ ਨਾ ਦਾ ਮੈਂ ਕੋ ਕਮੈਂਟ ਇਹੋ ਜੇ ਰੀਡ ਕਰਦਾਗਾ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਚ